ਟ੍ਰਾਂਸਫਰ ਹੋ ਜਾਈਏ ਅਤੇ ਕਿਸੇ ਰਿਟਾਇਰ ਹੋਈਏ ਪਟਾਂਦਰੇ ਚਲੀਏ। ਇਲੈਕਸ਼ਨ ਚਲਾਇਆ ਉਹਨਾਂ ਦਾ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਚਲਾਇਆ। ਇਸ ਗੱਲ ਆਪੇ ਕਰਨਾ ਜੀ, ਉਸ ਲੈ ਕੇ ਹੁੰਦਾ ਹਾਂ ਜਿਹੜਾ ਪੇਮੈਂਟ ਹੁੰਦੀਆਂ ਹਾਂ ਸੈਕਿੰਡ ਸਿਗਨੇਚਰੀ ਜਿਹੜੇ ਹੁੰਦੇ ਸੀ ਸਰਪੰਚ ਹੁੰਦੇ ਸੀ, ਮੈਂ ਆਪੋ ਕੈਂਪ ਕੰਨਾ ਲਵਾਈਏ ਕੰਨਾ ਕਰਾਈਏ ਸਾਕੇ ਕਰਾ ਥੋੜ੍ਹੀ ਹੋਈ ਸਾਡੇ ਅਤੇ ਲੋਕਾਂ ਨੇ ਪੈਸੇ ਦਿੱਤੇ ਹੋਣੇ ਮੈਨੂੰ ਪੈਸੇ ਨਹੀਂ ਦਿੱਤੇ। ਗੱਲ ਇਹਾਂ ਵੀ ਇੱਥੇ ਜਿਹੜਾ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਬਣਾ ਦਾ, ਇਹ ਸਾਡੇ ਲਾਗੂ ਯਾਦ ਆ, ਇਹਦੇ 'ਚ ਇੱਕ ਜਿਹੜਾ ਰਿੰਗ ਰੋਡ ਬਣਾ, ਉਹਦੇ 'ਚ ਸਾਡੀਆਂ ਜ਼ਮੀਨਾਂ ਆਈਦੀਆਂ, ਸਾਡੀ ਜ਼ਮੀਨਾਂ ਆਈਦੀਆਂ, ਉਹਦੇ 'ਚ ਅਸ ਬਣਾ ਨਹੀਂ ਕਰਾਉਂਦੇ ਜ਼ਮੀਨਾਂ ਨਾਲ, ਉਹ ਵੱਡ ਆ ਸਾਨੂੰ ਪੇਮੈਂਟ ਨਹੀਂ ਦੇ ਰਹੇ, ਅਸ 2 ਸਾਲ ਹੋਈ ਜਾਂਦੇ ਮਗਰ ਲੱਗੇ ਸਾਡੀ ਪੇਮੈਂਟ ਦਿਓ, ਸਾਡੀ ਪੇਮੈਂਟ ਦਿਓ, ਸਾਡੇ ਪੈਸੇ ਦਿਓ, ਪੈਸੇ ਨਹੀਂ ਦਿੱਤੇ ਨਾ। ਅੱਜ ਸਵੇਰਾ ਵੀ ਇਹ ਆਏ ਮਸ਼ੀਨਾਂ ਲਈਏ ਅਤੇ ਇਹਨਾਂ ਕੰਮ ਇੱਥੇ ਲਾਈ ਦਿੱਤਾ, ਮੈਂ ਨਹੀਂ ਠਾਕਿਆ ਆਏ ਯਾਰ ਕਰਾਇਆ ਵੀ ਤੁਸੀਂ ਕੰਮ ਬੰਦ ਕਰੋ, ਜਿੰਨੇ ਸਾਡੀ ਪੇਮੈਂਟ ਨਹੀਂ ਆ ਇਹਨਾਂ ਸਾਡੀ ਜ਼ਮੀਨ ਕਿੰਨੀ ਦੇਰ 'ਚ, ਅਸੀਂ ਕਿਸਾਨ ਲੋਕ ਹਾਂ ਯਾਰ, ਅਸੀਂ ਸਾਡੀ ਜ਼ਮੀਨ ਅਸੀਂ ਤੁਹਾਨੂੰ ਦੇ ਦੇਗੇ, ਤੁਹਾਨੂੰ ਪੈਸੇ ਆਂਗਣ ਅਸੀਂ ਹੋਰ ਕੁਦਰ ਲੈ ਕੇ ਜਾਈਏ, ਬਟ ਆ ਉਹਦੇ ਬਾਅਦ ਚਲੀਏ ਵਾਪਸ, ਹੁਣ ਦੂਏ ਕੋਈ 2 ਘੰਟੇ ਮਗਰਾਂ ਇਹ ਪੂਰਾ ਲਾਭ ਲਸ਼ਕਰ ਲਈ ਆਈਏ, ਕੋਈ ਮੇਰੇ ਖਿਆਲ 70-80 ਬੰਦੇ ਪੁਲਿਸ ਦੇ ਨਾਲ, ਜਿਹਦੇ ਕੋਈ 10-15 ਲੇਡੀਜ਼ ਪੁਲਿਸ ਹੈ ਆਏ ਦੇ, ਇਹ ਆਏ ਦੇ ਜਾਂ ਇਹ ਸਾਡੇ ਇੰਨਾ ਹੋਹਾ ਲੱਗ ਰਹੀ ਹੈ, ਇਹਦੇ ਸਾਹਮਣੇ ਲੱਗੀ ਦੀਆਂ ਮਸ਼ੀਨਾਂ, ਇਹ ਜ਼ਬਰਦਸਤੀ ਇਹ ਆਈਏ, ਸਾਨੂੰ ਜਿਹੜਾ ਪਤਾ ਲੱਗਾ ਅਸਾਂ ਆਏ ਦੇਖਿਆ ਨਹੀਂ ਕਲਾਈ ਯਾਰ, ਬਾਕੀ ਦੀ ਸਮਝਾਓ ਸਾਨੂੰ ਕੀ, ਸਾਨੂੰ ਪੈਸੇ ਨਹੀਂ ਤੁਸੀਂ ਸਾਡੀ ਜ਼ਮੀਨ ਦੇ, ਤੁਸੀਂ ਕੰਮ ਕਿਵੇਂ ਲਾਈਤਾ, ਅਸੀਂ ਕੋਈ ਉਹ ਥੋੜ੍ਹੇ ਐਡੇ ਵੱਡੇ ਕੋਈ ਮੁਲਾਜ਼ਮ ਨਹੀਂ ਆ ਜਾਂ ਗੱਲ ਨਹੀਂ ਆ, ਸਾਡੇ ਇੱਕ ਰੋਜ਼ੀ ਰੋਟੀ ਜਾ ਰਹੀ ਹੈ, ਅਸੀਂ ਕਦੇ ਪੈਸੇ ਤੁਹਾਨੂੰ ਰੋਜ਼ੀ ਰੋਟੀ ਦਾ ਸਿਸਟਮ ਬਣਾਇਆ ਕਦੋਂ ਅੱਗੇ ਪਿੱਛੇ ਜਾਈਏ ਅਸੀਂ, ਬਟ ਇਹ ਪੈਸੇ ਦੇ ਆਦੇ ਇਹਨਾਂ, ਅੱਜ ਇਹ ਸਾਬਤ ਕਰਨ ਦੀ ਕੋਸ਼ਿਸ਼ ਸੀ ਐਡਮਿਨਿਸਟ੍ਰੇਸ਼ਨ ਹੈ ਵੀ ਇੱਥੇ ਲੋਕਤੰਤਰ ਨਹੀਂ ਹੈ, ਇਹ ਲੋਕਤੰਤਰ ਨਹੀਂ ਹੈ, ਇਹ ਤਾਲਿਬਾਨ ਦੀ ਹਕੂਮਤ ਆਈ, ਇਹ ਸਾਡੇ ਇੰਨਾ ਪੁਲਿਸ ਲਈ ਆਈਏ ਜਿਵੇਂ ਕਿ ਅਸੀਂ ਨਕਸਲਵਾਦੀ ਹਾਂ, ਜਿਵੇਂ ਕਿ ਅਸੀਂ ਮਿਲੀਟੈਂਟ ਹਾਂ, ਅਸੀਂ ਜਾਂ ਇਹਨਾਂ ਘੇਰਾ ਪਾਇਆ ਜੇ ਕੀਤਾ ਵੋ ਕੀਤਾ, ਅਰ ਖਾਲੀ ਹੱਥ ਆਏ ਹਾਂ, ਅਸੀਂ ਜ਼ਿੰਮੇਦਾਰ ਲੋਕ ਹਾਂ, ਕਿਸਾਨ ਲੋਕ ਹਾਂ, ਅਸੀਂ ਕੋਈ ਦੰਦਲ ਨਹੀਂ, ਕੋਈ ਦਰਾਟੀ ਨਹੀਂ, ਕੋਈ ਕਹੀ ਨਹੀਂ, ਕੋਈ ਸੋਟੀ ਨਹੀਂ, ਕੋਈ ਡੰਡਾ ਨਹੀਂ ਲਈ ਆਏ, ਅਸੀਂ ਇੱਕ ਮੈਂ ਆਪਣੀ ਗੱਲ ਕਰਨਾ, ਅਸੀਂ ਵੀ ਮੇਰੇ ਫਾਦਰ ਸਾਹਿਬ ਵੀ 25 ਸਾਲ ਸਰਪੰਚ ਰਹੇ, ਮੈਂ ਵੀ ਸਰਪੰਚ, ਉਹਦੇ 'ਚ ਗੱਲ ਇਹ ਆਉਂਦੀ ਹੈ ਅਸੀਂ ਲੋਕਾਂ ਦੀਆਂ ਗੱਲਾਂ ਮਟਾਉਣੇ ਆਉਂਦੇ ਹਾਂ, ਅਸੀਂ ਲੜਾਈ ਕਰਨੇ ਥੋੜ੍ਹੇ ਆਏ ਹਾਂ, ਇੰਨੀ ਬੜੀ ਪੁਲਿਸ ਦੀ ਆਉਂਦੀ ਐਡਮਿਨਿਸਟ੍ਰੇਸ਼ਨ ਹੈ, ਜ਼ਬਰਦਸਤੀ ਤੁਸੀਂ ਯਾਰ ਸਾਡੇ ਪੈਸੇ ਜ਼ਬਰਦਸਤੀ ਕਰਨੇ ਗੱਲ ਹੀ ਕੋਈ ਨਹੀਂ, ਸਾਡੀ ਜ਼ਮੀਨ ਗਈ ਨਾ, ਸਾਡੀ ਜ਼ਮੀਨ ਗਈ, ਇੱਕ ਨੈਸ਼ਨਲ ਪ੍ਰੋਜੈਕਟ ਹੈ, ਸਾਨੂੰ ਪਤਾ ਵੀ ਨੈਸ਼ਨਲ ਪ੍ਰੋਜੈਕਟ ਦੀ ਜੋ ਜ਼ਮੀਨ ਹੈ ਉਹ ਦੇਣੀ ਪੈਂਦੀ ਹੈ, ਉਹ ਨਹੀਂ ਕੋਈ ਰੋਕ ਸਕਦਾ, ਬਟ ਇਹ ਉਹਦੇ ਜਿਹੜਾ ਮੁਆਵਜ਼ਾ ਬਣਦਾ ਜਿਹੜਾ ਉਹਦਾ ਜੋ ਉਹਦੇ ਪੈਸੇ ਬਣਦੇ ਨੇ ਉਹ ਸਾਨੂੰ ਦਿਓ ਨਾ, ਉੱਧਰ ਜਾ ਉੱਧਰ ਸਾਰੇ ਹੀ ਅੱਗੇ ਪਿੱਛੇ ਦੌੜਦੇ, ਅਤੇ ਕੋਰਟ 'ਚ ਚਲੀਓ ਯਾਰ, ਜ਼ਮੀਨ ਤੁਸੀਂ ਲੈ ਦੇ ਸਾਡੀ ਕੋਰਟ 'ਚ ਕੀ ਲੈਣ ਜਾਣਾ ਸਰ, ਡਿਸਪਿਊਟ ਹੈ ਤੁਹਾਡੀ ਫੈਮਿਲੀ ਪੈਦਾ, ਸਾਡੀ ਫੈਮਿਲੀ ਦੀ ਕੋਈ ਗੱਲ ਹੀ ਨਹੀਂ, ਅੱਜ ਤੱਕ ਮੈਂ ਆਪਣੀ ਗੱਲ ਕਰਦਾ, ਮੇਰੀ ਪੇਮੈਂਟ ਬਣੀ ਇੱਥੇ, ਮੇਰੀ ਜ਼ਮੀਨ ਹੈ ਇਹ, ਇੱਥੇ ਇਹ ਬੂਟੇ ਬੜੇ ਬੂਟੇ ਨੇ ਜਿਹੜਾ ਨਾ ਐਸਟੀਮੇਟ ਬਣਾਇਆ, ਜੋ ਬਣਾਇਆ ਉਹਦੀ ਉਹਦੀ ਪੇਮੈਂਟ ਪੇਮੈਂਟ ਬਣੀ ਦੀ ਪਈ, ਅੱਜ ਤੱਕ ਮੇਰੀ ਪੇਮੈਂਟ ਨਹੀਂ ਤਾਂ, ਇਹਦਾ ਮਤਲਬ ਇਹ ਮੀ ਲੱਗਦਾ ਵੀ ਮੇਰੇ ਕੰਨਾ ਉਹਨੇ ਪਰਸੈਂਟੇਜ ਨਹੀਂ ਸੈੱਟ ਹੋਈ, ਤਾਂ ਜੇ ਮੇਰੇ ਪੈਸੇ ਨਹੀਂ ਪਏ, ਬਾਕੀ ਕਈਆਂ ਦੇ ਮਤੇ ਭਾਈ ਜਿਹੜੇ ਹੁਣ ਮੈਂ ਸਰਪੰਚ ਹਾਂ ਜਾਂ ਸਰਪੰਚ ਲੋਂਡਰ ਦੇ ਪੈਸੇ ਨਹੀਂ ਲਏ,
ਜਾਂ ਕਿਵੇਂ ਕੀਤਾ ਉਹਦੇ 'ਚ ਮੇਰੀ ਪੇਮੈਂਟ ਉਹ ਬੂਟੇ ਵਾਲੀ ਨਹੀਂ ਪਈ, ਮੇਰੀ ਪੇਮੈਂਟ ਇੱਦੀ ਨਹੀਂ ਪਈ। ਇੱਥੇ ਮੈਂ ਤੁਹਾਨੂੰ ਦੱਸਣਾ ਸਾਡਾ ਖਸਰਾ ਨੰਬਰ 331 ਹੈ, ਖਸਰਾ ਨੰਬਰ 334 ਹੈ। ਇਹ ਸਾਡੀ ਬਜ਼ੁਰਗ ਦੀ ਵਿਰਾਸਤ ਹੈ, ਇਹ ਸਾਡੇ ਬਾਬੇ ਦਾਦਿਆਂ ਜਗ੍ਹਾ ਆ। ਸਾਡੇ ਇਸ ਜ਼ਮੀਨ 'ਚ ਸਾਡਾ ਇੱਕ ਵਿਰਾਸਤ ਦਾ ਇੰਤਕਾਲ ਹੋਇਆ ਮੇਰਾ, ਇਹਦੇ 'ਚ ਕਬਜ਼ਾ ਹੀ ਮੇਰਾ ਆ, ਇਹਦੇ 'ਚ ਗਰਦੋਰੀ ਮੇਰੀ ਹੈ, ਇੰਤਕਾਲ ਹੀ ਮੇਰਾ ਆ। ਵਟ ਆ 60 ਕਨਾਲ ਦੀ ਸਾਡੀ ਜ਼ਮੀਨ ਹੈ, 10 ਕਨਾਲ ਬਣਦੀ ਹੈ ਮੇਰੀ ਮੇਰਾ ਸਾ, 8 ਕਨਾਲ ਮੇਰੇ ਸੇ ਯਾਦ ਹੀ, ਉਹ ਵੀ ਪੈਸੇ ਨਹੀਂ ਦਿਆਦੇ। ਕੀ ਦੇਖਦੇ ਹੋ ਡਿਪਾਰਟਮੈਂਟ ਪੈਸੇ ਝਾਂਕਾ ਤਾਂ ਨਹੀਂ ਪੈਸੇ ਮਿਲੇ? ਮੀਂਹ ਜਾਂਦਾ ਤਾਂ ਮਤਲਬ ਕਿਉਂ ਨਹੀਂ ਬਾਈ, ਮਤਲਬ ਇੰਨੇ ਆ, ਮੈਂ ਐਜ ਏ ਸਰਪੰਚ ਮੈਂ 600 ਪੇਮੈਂਟ ਲਗਭਗ 600 ਪੇਮੈਂਟ ਕਰਵਾਈ ਹੋਣੀ, ਆਪੇ ਕਰਨਾ ਹੋਈ ਆ। ਉਸ ਵੇਲੇ ਕੀ ਹੁੰਦਾ ਸਾ, ਜਦੋਂ ਪੇਮੈਂਟਾਂ ਹੁੰਦੀਆਂ ਹਾਂ, ਸੈਕਿੰਡ ਸਿਗਨੇਚਰੀ ਜਿਹੜੇ ਹੁੰਦੇ ਸੀ ਸਰਪੰਚ ਹੁੰਦੇ ਸੀ, ਮੈਂ ਆਪੂ ਕੈਂਪ ਕੰਨਾਂ ਲਵਾਈਏ, ਕੰਨਾਂ ਕਰਾਈਏ, ਸਾਰਾ ਇਹਦਾ ਪੇਮੈਂਟਾਂ ਕਰਾਈਆਂ। ਜਿਹੜਾ ਅਸੀਂ ਪੁੱਛਦੇ ਰਹੇ ਅਤੇ ਹਾਂ ਬਸ ਪਹਿਲਾਂ ਲੋਕਾਂ ਦੇ ਕਰਾ ਵੀ ਥੋੜ੍ਹੀ ਹੋਈ ਜਾਣੀ, ਲੋਕਾਂ ਦੇ ਥੋੜ੍ਹੀ, ਸਾਡੇ ਕੋਲ ਡਿਸਪਿਊਟ ਪੈ ਦੇਣਾ ਅਤੇ ਉੱਪਰਾਂ ਤਾਂ ਚਲਾ ਦਾ ਥੱਲੇ ਹੀ ਆ, ਉਹ ਸਾਬਕਾ ਸਾਥ ਜਿਹੜਾ ਆ ਉਹ ਤਾਂ ਚਲਾ ਦਾ, ਸਾਬਕਾ ਸਾਥ ਉਹਦੇ ਕਿੰਨਾ ਕੁ ਹੋਇਆ ਜਿਹਨਾਂ ਪਰਸੈਂਟੇਜ ਸੈੱਟ ਕਰ ਲਈ, ਸਾਬਕਾ ਵਿਕਾਸ ਉਹਦੇ ਕਿੰਨਾ ਕੀਤਾ ਜਿਹੜਾ ਲੋਕਾਂ ਨੇ ਐਡਮਿਨਿਸਟ੍ਰੇਸ਼ਨ ਵਾਲਾ ਜਿਹਦੇ ਨਾਲ ਪਰਸੈਂਟੇਜ ਸੈੱਟ ਹੋਈ, ਸਾਬਕਾ ਸਾਥ ਉਹਦੇ ਕਿੰਨਾ ਚਲਿਆ ਜਿਹਨਾਂ ਇਹਨਾਂ ਲੋਕਾਂ ਪੈਸੇ ਅਤੇ ਪੈਸੇ ਦੇ ਪਾਈ ਜਿਹੜੇ, ਜਿਹਨਾਂ ਲੋਕਾਂ ਆਸਾਂ ਨਹੀਂ ਦਿੱਤੇ ਸਾਡੇ ਪੈਸੇ ਨਹੀਂ ਪਏ, ਫਿਰ ਪੰਗੇ ਵੀ ਉੱਧਰ ਦੌੜਾਓ ਉੱਧਰ ਦੌੜਾਓ, ਇਹਾਂ ਕਰੋ ਇਹਾਂ ਕਰੋ, ਇਹਨੇ ਮਤਲਬ ਆਉਣ ਦਾ ਹੋਰ ਕਰੀ ਜਾਵੇ, ਇਹਨੇ ਹਰਾਸ ਕਰੋ, ਲਾਸਟ ਸਾਡੇ ਕੋਲ ਯਾਰ ਇਹ ਲਓ ਪੈਸੇ, ਸਾਡੇ ਪੈਸੇ ਪਾਓ, ਉਹ ਆਸਾਂ ਦੇਣੇ ਨਹੀਂ ਆਉਣਾ, ਕਿਉਂਕਿ ਸਾਡੀ ਜ਼ਮੀਨ ਦਾ ਗਈ ਹੈ, ਅਸੀਂ ਕੋਈ 2 ਨੰਬਰ ਦਾ ਤਾਂ ਉਹ ਨਹੀਂ ਕਰਾੜਿਆ। ਵਿਜੇ ਸਿੰਘ ਹੈ, ਇਹ ਜਿਹੜੀਆਂ ਜੇਸਪੀਆਂ ਖਲੋਤੀ ਦੀਆਂ ਮੇਰੀ ਜ਼ਮੀਨ 'ਚ ਖਲੋਤੀ ਦੀਆਂ ਨੇ। ਹਾਂ, ਇਹ ਅਸੀਂ ਨਾ ਸਾਡੇ ਫਾਦਰ ਸਾਹਿਬ ਜਿਹੜੇ 3 ਬ੍ਰਦਰ ਇਹ, ਇੱਕ ਫਾਦਰ ਇੱਕ ਦਾ ਸਹੀ ਆਇਆ ਫਾਦਰ ਸਾਹਿਬ ਦਾ, ਇੱਕ ਦਾ ਜਗਦੀਸ਼ ਸਰਪੰਚ ਸਾਡਾ ਜਿਹੜਾ ਉਹਦਾ ਹਿੱਸਾ ਮੇਰੇ ਨਾਲ ਉਹ ਹੈ, ਇੱਕ ਦਾ ਜਿਹੜਾ ਉਹ ਲੰਬੜਦਾਰ ਮਸ਼ੀਨ ਵਾਲੇ ਨੇ ਉਹਦਾ ਹਿੱਸਾ ਆਇਆ। ਇਹਨਾਂ ਕੀ ਤਾਂ ਸਾਡੇ ਆਪਣੇ ਆਪਣੇ ਸਭ ਕੁਛ ਆਪਣਾ ਆਪਣਾ ਵੰਡੇ ਦਾ, ਹਾਂ ਆਪਣਾ ਆਪਣਾ ਸ਼ੇਅਰ ਹੈ, ਆਪਣਾ ਆਪਣਾ ਸਭ ਕੁਛ ਹੈ। ਲੇਕਿਨ ਇਹਨੇ ਕੀ ਕੀਤਾ ਵੀ ਕੋਈ ਅਵਾਰਡ ਬਣਾਇਆ, ਲੇਕਿਨ ਸਾਡੀ ਜਿਹੜੀ ਸਾਡੀ ਉਹ ਨਾ ਕਿਹਾ ਸੀ ਜ਼ਮੀਨ ਉਹਦੀ ਜਿਹੜੀ ਪਮਾਇਸ਼ ਕੀਤੀ ਪਟਵਾਰੀ ਨੇ ਕੀਤੀ, ਕਰਦਾ ਪਟਵਾਰੀ ਪਟਵਾਰੀ ਭੇਜੇ ਨੇ, ਪਟਵਾਰੀ ਪਟਵਾਰੀ ਨੇ ਫੀਲਡ ਬੁੱਕ ਬਣਾਈ ਜਿਹੜੀ ਉਹ ਇਹ ਫੀਲਡ ਬੁੱਕ ਹੈ। ਅਸੀਂ ਕਹਿੰਦੇ ਹਾਂ ਵੀ ਇਸ ਫੀਲਡ ਬੁੱਕ ਦੇ ਹਿਸਾਬ ਨਾਲ ਜੋ ਪਟਵਾਰੀ ਨੇ ਦਿੱਤਾ, ਇਸ ਫੀਲਡ ਬੁੱਕ ਦੇ ਹਿਸਾਬ ਨਾਲ ਸਾਨੂੰ ਪੈਸੇ ਦਿੱਤੇ ਜਾਣ, ਬਿਲਕੁਲ ਬਿਲਕੁਲ ਜੋ ਪਟਵਾਰੀ ਨੇ ਇਹਦੇ ਉੱਪਰ ਲਿਖਿਆ ਉਹਦੇ ਹਿਸਾਬ ਨਾਲ ਸਾਨੂੰ ਹੁਣ ਅਵਾਰਡ ਹੀ ਨਾ ਬਣਾਇਆ, ਅਵਾਰਡ ਬਣਾਇਆ ਕਠੂਆ ਬਣਾਇਆ ਕਿੱਥੇ ਬਣਾਇਆ ਸਾਨੂੰ ਉਹਦੇ ਕੋਈ ਪਤਾ ਨਹੀਂ, ਜਾਂ ਤਾਂ ਕਿਸਾਨ ਦੇ ਕਰਨਾ ਸਲਾਹ ਕਰੀਏ ਜਾਂ ਕਿਸਾਨ ਨੇ ਸੱਦੀ ਲੈਂਦੇ ਤੁਹਾਡੀ ਜ਼ਮੀਨ ਹੈ ਕੀ ਚੱਕਰ ਹੈ, ਇਹਨਾਂ ਕੋਈ ਨਹੀਂ ਪੁੱਛਿਆ, ਇਹਨਾਂ ਪਟਵਾਰੀ ਦੀ ਫੀਲਡ ਬੁੱਕ ਵੀ ਨਹੀਂ ਚੁੱਕੀ, ਸਿਰਫ ਪਟਵਾਰੀ ਦੀ ਫੀਲਡ ਬੁੱਕ ਚੁੱਕੀ ਜਿਹੜੀ ਪਟਵਾਰੀ ਨੇ ਲਿਖੀ ਦੀ ਵੀ 10 ਕਨਾਲ ਹੈ, 16 ਕਨਾਲ ਹੈ, 4 ਕਨਾਲ ਹੈ, ਉਹ ਲਿਖੀ ਚੁੱਕੀ ਤਾਂ। ਲੇਕਿਨ ਉਹਨੇ ਕੀ ਕੀਤਾ, ਇਹਨਾਂ ਵਿੱਚ ਸਾਡੇ ਵਿੱਚ ਸਾਰੇ ਸਾਂਝਾ ਕਰ ਉੜਿਆ, ਸਾਡੀ ਜ਼ਮੀਨ ਜਿਹੜੀ ਸਾਰੀ ਸਾਂਝੀ ਕਰੀ, ਅਸੀਂ ਆਉਂਦੇ ਹਾਂ ਸਾਡੀ ਇੱਕੇ ਡਿਮਾਂਡ ਹੈ ਜ਼ਮੀਨ ਲੈ ਲੈਣ, ਸਬਕਾ ਸਾਥ ਸਬਕਾ ਵਿਕਾਸ ਕਰਾ ਦੇਣ, ਠੀਕ ਹੈ ਸਾਨੂੰ ਮਨਜ਼ੂਰ ਹੈ, ਜ਼ਮੀਨ ਲੈ ਲੈਣ, ਸਭ ਕੁਛ ਲੈ ਲੈਣ, ਪਰ ਸਾਨੂੰ ਜਿਹੜਾ ਪੈਸਾ ਜਿਹੜਾ ਉਹ ਫੀਲਡ ਬੁੱਕ ਦੇ ਹਿਸਾਬ ਨਾਲ ਦਿੱਤਾ ਜਾ, ਅਸੀਂ ਅਵਾਰਡ ਹੀ ਨਹੀਂ ਜਾਣਦੇ। ਕਾਰਨ ਐਕਸਪ੍ਰੈਸ ਬਣਿਆ ਸਾਰੇ ਲੋਕਾਂ ਦੀ ਜ਼ਮੀਨਾਂ ਦੇ ਪੈਸੇ ਮਿਲੀਏ, ਤੁਸੀਂ ਲੋਕਾਂ ਦੀ ਟਾਰਚਰ ਕਹਿ ਕੀਤਾ ਜ਼ਿਆਦਾ ਹੈ, ਸਾਰੇ ਲੋਕ ਕਿੱਥੇ ਮਿਲੇ ਕਿੱਥੇ ਮਿਲੇ, ਇਹਾਂ ਗੇ ਸਾਰੇ ਇਹਾਂ ਖੱਜਲ ਹੋ ਦੇ, ਇੱਧਰ ਪਿੱਛੇ ਥੱਲਾ ਚਲੀਓ ਆਏ ਨਹੀਂ ਮਿਲੇ, ਇਹ ਕੰਨਿਆ ਜਗ੍ਹਾ ਆ ਨਹੀਂ ਮਿਲੇ, ਕੋਈ ਦੀਆਂ ਭੈਣਾਂ ਇਹਨਾਂ ਅੱਧੀਆਂ 'ਚ ਪੜਾਈ ਜਿਹੜੀਆਂ, ਕੋਹੇ ਦੀ ਭੈਣਾਂ 6 ਕਨਾਲ ਪਾਇਦਾ, 6 ਮਾਸਾ ਬਣਾਇਦਾ, ਕੋਹੇ ਦੀ ਭੈਣਾਂ ਪਾਈਆਂ ਨਹੀਂ ਇਹਨੇ, ਇਹੀਆਂ ਚੱਲੇ ਦਾ ਸਰਕਲ ਹਨੇਰੀ 'ਚ ਗਿਆ ਸਭ ਕੁਛ, ਪਤਾ ਨਹੀਂ ਕੀ ਚੱਕਰ ਹੈ ਜੀ, ਉਹ ਰੈਵਨਿਊ ਵਾਲੇ ਪਤਾ ਹੋਣਾ, ਸਾਡੇ ਕਿੰਨਾ ਕੋਈ ਗੱਲ ਨਹੀਂ, ਰੈਵਨਿਊ ਵਾਲੇ ਪਤਾ ਹੋਣਾ ਵੀ ਕੀ ਚੱਕਰ ਹੈ ਕੀ ਨਹੀਂ ਹੈ। ਲੇਕਿਨ ਅਸੀਂ ਆਹੀਂ ਇੱਕੇ ਡਿਮਾਂਡ ਹੈ ਸਾਡੀ ਜ਼ਮੀਨ ਲੈ ਲੈਣ, ਸਾਡੀ ਫੀਲਡ ਬੁੱਕ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣ, ਅਸੀਂ ਕੋਈ ਰੋਕ ਟੋਕ ਨਹੀਂ ਕਰਦੇ, ਕੋਈ ਕੁਛ ਨਹੀਂ, ਤਾਂ ਲੱਗਣ ਦੇਣਾ, ਪੇਮੈਂਟ ਦੇਣ ਲਈ ਜਾਣ, ਫਾਈਲ ਲਈ ਜਾਣ, ਦਸਖਤ ਕਰਾ ਲੈਣ, ਫੀਲਡ ਬੁੱਕ ਦੇ ਹਿਸਾਬ ਨਾਲ ਪੈਸੇ ਪਾਈ ਉੜਨ ਅਤੇ ਲੈ ਲੈਣ ਜ਼ਮੀਨ, ਕੰਮ ਕਰਨ ਜੋ ਕੁਛ ਮਰਜ਼ੀ ਕਰਨ। ਮੇਰਾ ਨਾਮ ਪ੍ਰਮੋਦ ਸਿੰਘ, ਸਰ ਗੱਲ ਇਹ ਹੈ ਕਿ ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਅਸ ਕਿਸਾਨ ਦਿਹਾੜੇ ਦੇ
ਸਭ ਤੋਂ ਪਹਿਲਾਂ ਚੀਜ਼ ਇਹ ਹੈ ਕਿ 2 ਸਾਲ ਹੋਈ ਆ ਮੇਰੀ ਆਪਣੀ ਜ਼ਮੀਨ ਕੀਤੀ ਜਿਹਦੇ ਉੱਪਰ ਐਕਸਪ੍ਰੈਸ ਵੇ ਚੱਲੇਗਾ। ਅੱਜ ਤੱਕ ਉਹਦਾ ਵੀ 1 ਰੁਪਿਆ ਨਹੀਂ ਥੋੜਾ ਸਾਨੂੰ 2 ਸਾਲ ਦਾ। ਜਿਲ੍ਹਾ ਵੀ ਆਉਂਦੇ ਇੱਕ ਦੂਜੇ ਕੀ ਆਖਦੇ ਤੇਰਾ ਵੀ ਹੱਸਾ ਤੇਰਾ ਵੀ ਹੱਸਾ, ਹੱਸੇ ਹੱਸੇ 'ਚ ਹੀ ਸਾਰੇ ਉਹ ਕਰੀ ਜਾਂਦੇ ਹੁੰਦੇ ਵਾਲਾ ਨਾਸ ਕਰੀ ਜਾਂਦੇ। ਔਰ ਦੂਜਾ ਨੰਬਰ ਇਹ ਹੈ ਕਿ ਇਹਨੇ ਜਿਲ੍ਹਾ ਇੰਨੀ ਧੁੱਪ ਸੀ, ਧੁੱਪ 'ਚ ਅਸੀਂ ਗਏ ਸਾਰੀਆਂ ਜ਼ਮੀਨਾਂ ਦੇਖੀਆਂ ਵੀ ਇਹ ਕੁਹਦੀ ਜ਼ਮੀਨ ਹੈ, ਕੌਣ ਬਣਦਾ, ਮੌਕੇ ਦਾ ਕਾਬਜ਼ ਕੌਣ ਹੈ, ਉਹਦੇ 'ਚ ਇਹਨਾਂ ਪੈਸੇ ਜਿਹੜੇ ਨੇ ਵੀ ਅਕੋਰਡਿੰਗ ਟੂ ਫੀਲਡ ਬੁੱਕ ਅਸੀਂ ਆਪਣੇ ਪੈਸੇ ਦਿੱਤੇ ਜਾਣੇ ਚਾਹੀਦੇ। ਫੀਲਡ ਬੁੱਕ ਬਣਾਈ ਹੈ, ਪਟਵਾਰੀ ਬਣਾਉਂਦਾ, ਨਹਿ ਤਹਿਸੀਲਦਾਰ ਹੁੰਦੇ ਸਾਰੇ ਬਣਾਈ ਬਣਾਈ ਹੈ, ਤਿਆਰ ਕਰੀ ਦਿੰਦੇ ਨੇ। ਅਗਰ ਸ਼ੇਅਰ ਕੋਲ ਵੱਧ ਹੈ ਅਸੀਂ ਆਉਂਦੇ ਹਾਂ ਵੀ ਸਾਰੀ ਬਾਕੀ ਵਾਲੀ ਫੈਮਿਲੀ 'ਚ ਪਾਈ ਦਿਓ, ਜਿਹਦੇ ਕੋਲ ਉਹ ਐਨੀ ਕਹਿੰਦਾ ਜ਼ਮੀਨ ਵੀ ਜਾ ਆਪਦੀ ਕਹਿੰਦਾ ਪੈਸੇ ਵੀ ਚਲੀ ਜਾਣ, ਉਹ ਕਿੱਥੇ ਕੀ ਕਰੇ ਕਿਸਾਨ, ਉਹਦੇ ਕੋਲ ਬਿਹਤਰ ਹੀ ਹੈ ਵੀ ਮਰਨਾ ਠੀਕ ਹੈ। ਅਤੇ ਇਹਨਾਂ ਸਭ ਤੋਂ ਪਹਿਲਾਂ ਅਸੀਂ ਜਾਣਾ ਜ਼ਮੀਨ ਤਾਂ ਬਣਾਉਣ, ਇਹ ਸਾਨੂੰ ਬੜੀ ਖੁਸ਼ੀ ਹੈ ਜਿਹੜੀ ਵੀ ਚੀਜ਼ ਹੈ, ਲੇਕਿਨ ਪੈਸੇ ਜਿਹੜੇ ਨੇ ਉਹ ਫੀਲਡ ਬੁੱਕ ਦੇ ਮੁਤਾਬਕ ਪਾਉਂਦੇ ਜਾਣ ਔਰ ਸਾਡੀਆਂ ਜ਼ਮੀਨਾਂ ਲੈਂਦੇ ਜਾਣ। 2 ਸਾਲ ਹੀ ਐਕਸਪ੍ਰੈਸ ਵੇ ਬਣੇ ਦੇ, ਅਜੇ ਤੱਕ ਪੈਸਾ ਨਹੀਂ, ਕੋਈ ਵੀ ਨਹੀਂ ਪੁੱਛਦਾ, ਉੱਥੇ ਭੇਜੀ ਅਤੇ ਕੋਰਟ 'ਚ, ਕੋਰਟ 'ਚ ਸਾਡਾ ਕੀ ਕਸੂਰ ਆ, ਪਹਿਲਾਂ ਸਾਡਾ ਕੀ ਜੁਰਮਾ ਹੈ ਜਿਹੜਾ ਵੀ ਕੋਰਟ 'ਚ ਕੇਸ ਭੇਜਣਾ ਇਹਨੇ, ਅਸੀਂ ਉੱਥੇ ਕੀ ਕਰਕੇ ਹੁਣ 20-20 ਸਾਲ ਹੋਈ ਆ, ਤੁਸੀਂ ਦੇਖਿਆ ਹੋਣਾ ਪਹਿਲਾਂ ਸੁਣਿਆ ਹੋਣਾ ਕਈ ਵਾਰੀ ਇੱਥੇ ਪੱਲੀ ਮੋੜ ਹੈ ਉੱਥੋਂ ਤੱਕ ਪੈਸੇ ਜਿਹੜੇ ਨੇ ਨੈਸ਼ਨਲ ਹਾਈਵੇ ਦੇ ਲੋਕਾਂ 'ਚ ਹੋਣ ਥੋਏ, ਕਈਆਂ ਕਿ ਜਿਹੜੇ ਨੇ ਉੱਪਰ ਡੈਮ ਹੈ ਜਿਹੜੀ ਰਣਜੀਤ ਸਾਗਰ ਡੈਮ, ਉਹਦੇ ਵੀ ਪੈਸੇ ਜਿਹੜੇ ਅਜੇ ਤੱਕ ਲੋਕ ਆ ਜਾਂ ਕਈਆਂ ਥੋਏ ਕਈਆਂ ਨਹੀਂ ਥੋਏ, ਬਹੁਤ ਬੇਇਨਸਾਫੀ ਹੈ। ਅਸੀਂ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਅੱਗੇ ਜਿਹੜੇ ਵੀ NDC ਸਾਹਿਬ LG ਸਾਹਿਬ ਜਿਹੜੇ ਉੱਪਰ ਵੀ ਜਿਹੜੇ ਹੈ ਨੇ ਵਧੀਆ ਅਥਾਰਟੀ, ਉਹਦੇ ਕਹਿੰਦਾ ਸਾਡੀ ਇਹ ਰਿਕੁਐਸਟ ਹੈ ਵੀ ਫੀਲਡ ਬੁੱਕ ਦੇ ਮੁਤਾਬਕ ਜੋ ਫੀਲਡ ਬੁੱਕ ਬਣਾਈ ਹੈ ਉਹਦੇ ਮੁਤਾਬਕ ਹੀ ਜਿਹੜੇ ਨੇ ਪੈਸੇ ਪਵਾਏ ਹੋਰ ਕੋਈ ਵੀ ਲੜਾਈ ਨਹੀਂ। ਥੈਂਕ ਯੂ ਸਰ।